ਅਸੀਂ ਉਹਨਾਂ ਦੀ ਵਿਰੋਧਤਾ ਕੀਤੀ ਪਿੱਛੇ ਫੁੱਲ। ਹੁਣ ਇਸ ਕੈਪਟਨ ਸਾਹਿਬ ਦੇ ਕਰਿੰਦਿਆਂ ਨੂੰ 4.5 ਸਾਲ ਹੋ ਗਏ ਸਾਨੂੰ ਮਿਲਦਿਆਂ ਨੂੰ, ਇਹਨਾਂ ਨੂੰ ਕਿਹਾ ਸਾਡੀ ਉਹਦੇ ਨਾਲ ਮੀਟਿੰਗ ਕਰਾ ਦਿਓ। ਇਹ ਏਡਾ ਥੱਲੇ ਢੀਠ ਮੀਡੀਆ ਦਾ, ਢੀਠੇ ਦਾ ਜਿਹੜਾ ਸਲਾਹਕਾਰ ਆ, ਢੀਠੇ ਦੇ ਜਿਹੜੇ ਹੈਗੇ ਉਹ ਅਸੀਂ ਆ, ਉਹਦੇ ਨਾਲ ਮੀਟਿੰਗ ਨਹੀਂ ਕਰਵਾ ਸਕੇ 4.5 ਸਾਲ ਦੇ ਵਿੱਚ। ਔਰ 5 ਤਰੀਕ ਨੂੰ ਆਏ ਸੀਗੇ ਸਾਨੂੰ ਇਹਨਾਂ ਹਫ਼ਤੇ ਦਾ ਟਾਈਮ ਤੁਹਾਡੇ ਮੀਡੀਆ ਦੇ ਸਾਹਮਣੇ ਦਿੱਤਾ ਸੀਗਾ ਵੀ ਇਹਨੂੰ ਹਫ਼ਤੇ ਦੇ ਵਿੱਚ ਤੁਹਾਡਾ ਮਸਲਾ ਹੱਲ ਕਰ ਦੇਵਾਂਗੇ। ਔਰ ਪਿਛਲੇ ਹਫ਼ਤੇ ਮੈਂ ਖੁਦ ਮਿਲ ਕੇ ਗਿਆ, ਅਜੇ ਕੋਈ ਮਸਲਾ ਨਹੀਂ ਕੀਤਾ। ਇਸ ਕਰਕੇ ਅਸੀਂ ਤੁਹਾਡੇ ਰਾਹੀਂ ਇਹਨਾਂ ਨੂੰ ਜਗਾਉਣਾ ਚਾਹੁੰਦੇ ਹਾਂ। ਸਾਡੀ ਅੰਗਹੀਣਾਂ ਦੀ 15% ਵੋਟ ਹੈ, ਜੇਕਰ ਇਹਨੇ ਸਾਡੇ ਯਾਰ ਕੀ ਨਾਨਾ ਮਖ ਹੱਲ ਕੀਤੇ ਤੇ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਮੰਤਰੀਆਂ ਦਾ ਘਰਾਓ ਕਰਾਂਗੇ, ਇਹਨਾਂ ਨੂੰ ਇਲੈਕਸ਼ਨ ਨਹੀਂ ਚੰਗੀ ਤਰ੍ਹਾਂ ਲੜ ਦਿਆਂਗੇ। ਇਹ ਤਾਂ ਸਾਡਾ ਵਾਅਦਾ ਹੈ ਸਰਕਾਰ ਨਾਲ। ਪ੍ਰਧਾਨ ਜੀ ਮੁੱਖ ਮੰਗਾਂ ਵੀ ਦੱਸ ਦਿਓ। ਕੋਈ ਵੀ ਤੁਹਾਡੇ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ, ਕਿਤੇ ਵੀ ਆਂਗਣ ਬੈਠਾ ਮੰਗਤਾ ਬੈਠਾ ਹੋਵੇ ਤੇ ਆਪਾਂ ਨੂੰ 10 ਰੁਪਏ ਹਰੇਕ ਬੰਦਾ ਦੇ ਕੇ ਲੰਘਦਾ ਵੀ ਇਹ ਗਰੀਬ ਹੈ। ਔਰ ਇਹ ਗਰੀਬ ਆਪਣਾ ਹੱਕ ਮੰਗਦੇ ਆ। ਇਹ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ 3 ਰਿਟ ਪਟੀਸ਼ਨਾਂ ਕੀਤੀਆਂ ਸੀ ਜਥੇਬੰਦੀ ਨੇ, ਔਰ ਇਹ ਕਹਿੰਦਾ ਮੈਂ ਘਰ ਘਰ ਰੁਜ਼ਗਾਰ ਦੇਣਾ, ਪਰ ਉੱਥੇ ਸਾਡੀ ਵਿਰੋਧਤਾ ਕਰਨ ਡੇ। 300 ਬੰਦੇ ਨੂੰ ਉੱਥੇ ਰੁਜ਼ਗਾਰ ਦੇਣਾ ਤੇ ਉੱਥੇ ਸਾਡੀ ਇਹ ਵਿਰੋਧਤਾ ਕਰਨ ਡੇ ਆ ਤੇ ਇਹਦਾ ਜਿਹੜਾ ਸੁਪਨਾ ਆ ਵੀ ਘਰ ਘਰ ਰੁਜ਼ਗਾਰ ਦੇਣਾ, ਝੂਠ ਹੀ ਮਾਰੀ ਜਾਂਦੇ ਆ ਵੀ 14 ਲੱਖ ਨੌਕਰੀਆਂ ਦਿੱਤੀਆਂ, 14 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ। ਇਸ ਕਰਕੇ ਅਸੀਂ ਸਰਕਾਰ ਨੂੰ ਇਹ ਤੁਹਾਡੇ ਸਾਰੇ ਮੀਡੀਆ ਰਾਹੀਂ ਬੇਨਤੀ ਵੀ ਕਰਦੇ ਹਾਂ ਤੇ ਚੇਤਾਵਨੀ ਵੀ ਦਿੰਦੇ ਹਾਂ, ਜੇਕਰ ਸਾਡੀ ਮੀਟਿੰਗ ਇਹਦੇ ਨੇ ਇੱਕ ਕੈਪਟਨ ਨਾਲ ਕਰਾ ਦੇਣ, ਕੈਪਟਨ ਕਹਿ ਦੇ ਮੈਂ ਨਹੀਂ ਕੁਛ ਦੇਣਾ, ਫਿਰ ਅਸੀਂ ਇੱਥੇ ਰੌਲਾ ਪਾਉਣ ਨਹੀਂ ਆਉਂਦੇ, ਫਿਰ ਇਹਨਾਂ ਨੂੰ ਪਿੰਡਾਂ 'ਚ ਘੇਰਾਂਗੇ। ਮਸਲਾ ਕੀ ਹੈ? ਇਸ ਕਰਕੇ ਸਾਡਾ ਮਸਲਾ ਤਾਂ ਇਹ ਆ ਵੀ ਇੱਕ ਤਾਂ ਹਾਈ ਕੋਰਟ ਰਿਟ ਪਟੀਸ਼ਨਾਂ 3 ਚੱਲਣ ਦੀਆਂ ਉਹ ਸਾਡੀਆਂ ਲਾਗੂ ਕਰੇ, ਇੱਕ 28,000 ਪੋਸਟ ਆ ਪੂਰੇ ਪੰਜਾਬ 'ਚ ਅੰਗਹੀਣਾਂ ਦੀ, ਬਿਲਕੁਲ 20,000 ਪੋਸਟ ਖਾਲੀ ਪਈ ਹੈ, ਉਹਨੂੰ ਇਹ ਫਿਲਅਪ ਨਹੀਂ ਕਰਦੇ। ਹੁਣ ਜੇ ਸਾਡਾ ਰੌਲਾ ਪਾ ਕੇ ਸਥਾਨਕ ਸਰਕਾਰਾਂ 'ਚ ਇਹਨਾਂ ਨੂੰ ਕਢਾਈ ਸੀ ਲਿਸਟ 332 ਦੀ ਇਹਨਾਂ ਐਡ ਕੀਤੀ ਸੀ, ਉਹਦੇ ਵਿੱਚ ਕੀਤਾ ਵੀ ਇੱਕ ਲਿਸਟ ਮੈਂ ਪਹਿਲਾਂ ਤਿਆਰ ਕੀਤੀ, ਉਹ ਪਤਾ ਲੱਗਾ ਆਪਣੇ ਨਹੀਂ ਝੇਤੇ ਵਿੱਚ ਹੈ, ਦੂਜੀ ਫਿਰ ਤਿਆਰ ਕਰਤੀ, ਉਹ ਪਹਿਲੀ ਰੱਦ ਕਰ। ਅਦਰ ਕਹਿਣ ਦਾ ਭਾਵ ਵੀ ਜਿੰਨੇ ਅਦਰ ਸੋਰਸ ਦੇ ਠੇਕੇ 'ਤੇ ਰੱਖ ਕੇ ਆਪਣੇ ਕਰਿੰਦੇ ਆਪਣੇ ਪੈਸਿਆਂ ਦੇ ਥਰੂ ਚੋਰ ਮੋਰੀ ਨੇ ਰੱਖ ਕੇ ਤਾਂ ਉਹਨਾਂ ਨੂੰ ਪੱਕਿਆ ਕਰੀ ਜਾਂਦੇ ਆ। ਆਂਗਣਾਂ ਦਾ ਗੋਟਾ 2,000 ਤੋਂ ਲੈ ਕੇ ਉਤਨਾ ਹੀ ਪਿਆ, ਇਹਨਾਂ ਕਿਤੇ ਨਹੀਂ ਭਰਿਆ। ਹਾਈ ਕੋਰਟ ਦੀਆਂ ਜਿਹੜੀਆਂ ਹੈਗੀਆਂ ਭਰੀਆਂ ਦੱਸਦੇ ਡਾਇਰੈਕਸ਼ਨ ਕੀ ਡਾਇਰੈਕਸ਼ਨਸ ਨੇ ਉਹਨਾਂ ਦੀਆਂ? ਡਾਇਰੈਕਸ਼ਨ ਦੇ ਵਿੱਚ ਇਹ ਆ ਵੀ ਉੱਥੇ ਬਹਿਸ ਉੱਤੇ ਪਈਆਂ, ਪਹਿਲਾਂ ਤਾਂ ਉਹਨੇ ਪੰਜਾਬ ਸਰਕਾਰ ਦੇ ਕੋਲ ਸਾਰੇ ਕੁ ਪੁੱਛਿਆ ਵੀ ਤੁਸੀਂ ਆਂਗਣ ਰੱਖੇ ਕਿੰਨੇ ਆ, ਇਹਨਾਂ ਦਾ ਪੂਰਾ ਜਵਾਬ ਪੰਜਾਬ ਸਰਕਾਰ ਚੀਫ ਸੈਕਟਰੀ ਦਾ ਵੀ ਕੋਈ ਨਹੀਂ ਰੱਖਿਆ, 19,500 ਬੰਦਾ ਉਹਦੇ ਨਾਲ 8 'ਚ ਰੱਖਿਆ ਸੀਗਾ, 12 'ਚ ਪੱਕਾ ਕਰ ਦਿੱਤਾ, ਉਹਦੇ 450 ਪੋਸਟ ਬਣਦੀ ਸੀ ਇਹਨਾਂ ਨਹੀਂ ਭਰੀਆਂ। ਉਦੋਂ ਤੋਂ ਅਸੀਂ ਇਹਨਾਂ ਨੂੰ ਅਪਲਾਈ ਵੀ ਕੀਤਾ ਸਾਰੀਆਂ ਕਾਰਪੋਰੇਸ਼ਨਾਂ 'ਚ, ਇਹਨਾਂ ਨਾਲ ਲੜਾਈ ਵੀ ਲੜਦੇ ਆਉਂਦੇ ਹਾਂ, ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਫਿਰ ਕਹਿੰਦੇ ਬੈਕਲੋਗਾਂ ਨੇ ਪੂਰਾ ਕਰੋ, ਜਿਹੜਾ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਇਹਨਾਂ ਨੂੰ ਵੀ ਇਹਨਾਂ ਦਾ ਬੈਕਲੋਗ ਪੂਰਾ ਕਰੋ, ਇਹਨਾਂ ਨੂੰ ਬਣਦੇ ਹੱਕ ਦਿਓ। 1995 ਐਕਟ ਬਣਿਆ ਸੀ, ਹੁਣ 2016 ਬਣ ਗਿਆ, ਐਕਟ ਤਾਂ ਬਣਾਈ ਜਾਂਦੇ ਆ ਪਰ ਐਕਟ 'ਤੇ ਅਸਰ ਨਹੀਂ ਕਰਦੇ। ਹੁਣ ਜੇ ਬੰਦੇ ਰੱਖਦੇ ਆ ਤਾਂ ਆਪਣੇ ਰੱਖੀ ਜਾਂਦੇ ਆ, ਆਂਗਣਾਂ ਨੂੰ ਪੁੱਛਦੇ ਨਹੀਂ, ਆਂਗਣ ਦਾ ਜਿਹਦਾ ਹੱਕ ਬਣਦਾ ਹੈ। ਹੁਣ ਜੇ ਇਹਨਾਂ ਨੇ ਬਣਾਈ ਆ ਲਿਸਟ ਬਣਾਈ ਜਾਂਦੇ ਉਮਰ ਦੇ ਹਿਸਾਬ ਨਾਲ ਬਣਾ ਦਿੱਤੀ, ਜਨਮ ਦੀ ਆ, ਦੱਸੋ ਇਹ ਕੋਈ ਹੈ ਕੋਈ ਆਪਣਾ ਦਾ ਸੱਚਾਈ ਹੈ ਕੋਈ ਵੀ? ਜੇ ਕੋਈ ਪੜ੍ਹਿਆ ਲਿਖਿਆ ਉਹਦੀ ਮੈਰਿਟ ਬਣਾਓ, ਉਹਦੇ ਨੰਬਰ ਕੱਢੋ, ਫਿਰ ਉਹਨੂੰ ਦਿਓ, ਚਾਹੇ ਉਹ 40 ਸਾਲ ਦਾ, ਚਾਹੇ ਉਹ 30 ਸਾਲ ਦਾ, ਚਾਹੇ 20 ਸਾਲ ਦਾ। ਜਦੋਂ ਅਸੀਂ ਐਡ ਹੀ ਕਰ ਦਿੱਤੀ ਆ ਤਾਂ ਉਹਦੇ 'ਚ ਇਹਨਾਂ ਨੂੰ ਦੇਣੀ ਚਾਹੀਦੀ, ਉਹ ਦਿੰਦੇ ਹੀ ਨਹੀਂ। ਫਿਰ ਸਾਡੀ ਮੰਗ ਤਾਂ ਇਹ ਸੀ ਕਿ ਜੇ ਸਾਡੀ ਐਡ ਕਰਨੀ ਹੈ ਉਹ 19,500 ਪੱਕਾ ਕੀਤਾ ਨੂੰ ਬਾਹਰ ਕਰੋ।
ਕਿਉਂਕਿ ਉਹ ਗਲਤ ਕੀਤੀ ਗਈ ਤਾਂ ਹਾਈ ਕੋਰਟ ਵੀ ਕਹਿ ਚੁੱਕਾ ਆ। ਉਦੋਂ ਕ੍ਰਿਸ਼ਨ ਕੌਲ ਸੀਗਾ ਚੀਫ ਜੱਜ, ਨਾਲ ਬਹਿੰਦਾ ਸੀਗਾ, ਉਹਨਾਂ ਨੇ ਕਿਹਾ ਵੀ ਇਹ ਗਲਤ ਬੰਦੇ ਆ ਅਤੇ ਕੱਢਣ ਲੱਗੇ ਸੀਗੇ। ਅਤੇ ਉਸ ਇਲੈਕਸ਼ਨ ਦੇ ਦੌਰਾਨ ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਸੀ ਪਹਿਲੀ ਸਰਕਾਰ ਦਾ, ਉਹ ਜਾ ਕੇ ਹੱਥ ਖੜੇ ਕਰਕੇ ਖਲੋ ਗਿਆ, ਜਨਾਬ ਸਾਨੂੰ ਪਤਾ ਤੁਸੀਂ ਕੀ ਫੈਸਲਾ ਕਰਨਾ ਅਤੇ ਇਲੈਕਸ਼ਨ ਉੱਤੇ ਸਰਕਾਰ ਕਿੱਧਰ ਜਾਊਗੀ। ਉਹਨਾਂ ਨੇ ਹੱਸ ਕੇ ਕਹਿ ਦਿੱਤਾ ਵੀ ਕੋਈ ਨਹੀਂ, ਇਲੈਕਸ਼ਨ ਤੋਂ ਬਾਅਦ ਫੈਸਲਾ ਕਰਦੇ, ਫਿਰ ਸਾਡੀ ਪਾੜੀ ਕਿਸਮਤ। ਉਹ ਬਦਲ ਕੇ ਸੁਪਰੀਮ ਕੋਰਟ ਚਲੇ ਗਿਆ, ਸਾਡਾ ਹਾਈ ਕੋਰਟ 'ਚ ਮਸਲਾ ਉਤਰਾ ਹੀ ਪਿਆ। ਇਸ ਕਰਕੇ ਇਹਨਾਂ ਨੂੰ ਅਸੀਂ ਆਉਂਦੇ ਹਾਂ ਵੀ ਸਾਡਾ ਉਹ ਇੱਕ ਤਾਂ ਹੱਕ ਦਿਓ, ਇੱਕ ਅੰਗਹੀਣ ਜਿਹੜੇ ਬੱਚੇ ਪੜ੍ਹਦੇ ਆ, 2000 ਤੋਂ ਬਾਅਦ ਇੱਕ ਤਾਲੀਮ ਵਧਾਈ ਇਹਨਾਂ ਨੇ, ਉਹਦਾ ਘੱਟੋ ਘੱਟ 4000 ਰੁਪਈਆ ਨੂੰ ਵਜ਼ੀਫਾ ਦਿਓ। ਜਿਹੜੇ 100% ਅੰਗ ਜਾਂ 50% ਅੰਗ ਜਿਹੜੇ ਨਹੀਂ ਕਮਾਈ ਕਰ ਸਕਦੇ, 4000 ਰੁਪਈਆ ਪੈਨਸ਼ਨ ਦਿਓ। ਟੋਟਲ ਹੁਣ 20,000 ਪੋਸਟ ਜਿਹੜੀ ਹੈ ਉਹ ਖਾਲੀ ਪਈ ਆ, ਅੰਗਹੀਣਾਂ ਦੀ ਪਈ ਹੈ 20,000 ਪੋਸਟ ਅੰਗਹੀਣਾਂ ਦੀ ਪੰਜਾਬ ਦੇ ਵਿੱਚ ਖਾਲੀ ਪਈ ਆ। ਸਰਦਾਰ ਜੀ ਤੁਹਾਨੂੰ ਹਿਰਾਸਤ 'ਚ ਲੈਣ ਲਈ ਬੱਸਾਂ ਦੀ ਤਿਆਰੀ ਕਰ ਰਹੇ? ਕੋਈ ਗੱਲ ਨਹੀਂ, ਹਿਰਾਸਤ ਲੈਣ ਲਈ ਤਿਆਰ ਹਾਂ, ਅਸੀਂ ਜਾਣ ਨੂੰ ਤਿਆਰ ਹਾਂ, ਕੋਈ ਗੱਲ ਨਹੀਂ। ਅੱਜ ਰਿਹਾਤ ਨਾਲ ਸਵੇਰੇ ਫਿਰ ਆ ਜਾਵਾਂਗੇ, ਸਾਡਾ ਮਸਲਾ ਇਹ ਆ ਵੀ ਅਸੀਂ ਜਾਣਾ ਨਹੀਂ ਜਦ ਤੱਕ ਮੀਟਿੰਗ ਨਾ ਕਰਾਵੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਜੇਕਰ ਆਪਾਂ ਫਿਰ ਆ ਜਾਵਾਂਗੇ। ਤੁਸੀਂ ਤਾਂ ਅੰਗਹੀਣ ਹੈਗੇ, ਤੁਹਾਡੇ ਤੋਂ ਕੀ ਖਤਰਾ ਹੈਗਾ? ਤੁਹਾਡੇ ਤੋਂ ਕੀ ਖਤਰਾ ਪ੍ਰਧਾਨ ਜੀ, ਤੁਹਾਡੇ ਤੋਂ ਕੀ ਖਤਰਾ? ਅੰਗਹੀਣਾਂ ਤੋਂ ਕੀ ਖਤਰਾ ਹੋ ਗਿਆ ਸਰਕਾਰ ਨੂੰ? ਜੀ ਸਰਕਾਰ ਨੂੰ ਖਤਰਾ ਕਾਹਦਾ ਆਇਆ ਇਹਨਾਂ ਨੂੰ? ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਵੀ ਜਿਹੜੀ ਜਥੇਬੰਦੀ ਆਉਂਦੀ ਉਹਦੇ ਨਾਲ ਮੀਟਿੰਗ ਕਰੇ, ਉਹਦਾ ਮਸਲਾ ਹੱਲ ਕਰੇ, ਖਤਰਾ ਕਾਹਦਾ? ਅਸੀਂ ਕਿਹੜੇ ਇੱਥੋਂ ਕੋਈ ਹਥਿਆਰ ਲੈ ਕੇ ਆਏ ਵੀ ਸਾਡੇ ਤੋਂ ਡਰਦੇ ਤਾਂ ਫੋਰਸ ਦੇ ਹੁੰਦੇ ਆ, ਜੇ ਕਾਹਦੇ ਜਿੰਨਾ ਫੋਰਸ ਦੇ 'ਚ ਪੈਸਾ ਲਾਉਂਦੇ ਤਾਂ ਉਹਨੇ ਇਹਨਾਂ ਨੂੰ ਸਹੂਲਤਾਂ ਦੇਣ। ਕਾਂਗਰਸ ਪਾਰਟੀ ਵੱਲੋਂ ਤਾਜਪੋਸ਼ੀ ਕੀਤੀ ਜਾ ਰਹੀ ਹੈ, ਜਸ਼ਨ ਮਨਾਏ ਜਾ ਰਹੇ ਨੇ ਤੇ ਇੱਥੇ ਲੋਕ ਮੰਗਾਂ ਕਰ ਰਹੇ ਨੇ। ਤਾਜਪੋਸ਼ੀ ਕੀਤੀ ਜਾ ਰਹੀ, ਉਹ 'ਚ ਕੋਈ ਵੀ ਮਸਲਾ ਪਬਲਿਕ ਦਾ ਹੱਲ ਨਹੀਂ ਹੋਣਾ, ਕਿਉਂਕਿ ਦੋ ਬੰਦੇ ਬਹਿ ਗਏ ਸਰਕਾਰ 'ਚ, ਇੱਕ ਤਾਂ ਹੈਗਾ ਬਣਾਉਣਾ, ਦੂਜਾ ਤਾਂ ਨਹੀਂ ਬਣਾਉਣਾ, ਕਿੱਥੇ ਬਣ ਰਿਹਾ? ਦੋ ਘਰ ਦੇ ਜੀ ਲੜਪਣ ਉਹ ਨਹੀਂ ਚੱਲਦੇ, ਇਹਨਾਂ ਨੇ ਕਿੱਥੋਂ ਚਲਾਉਣਾ? ਜਿਹੜੀ ਸਿੱਧੂ ਦੀ ਚਮਕ ਹੈ ਉਹ ਖਤਮ ਹੋ ਜਾਣੀ ਹੈ, ਜਿਹੜਾ ਹਰੇਕ ਪਾਰਟੀ ਕਹਿੰਦੇ ਨੇ ਸਿੱਧੂ ਸਾਡੇ ਵਾਲਾ ਦੇ ਸੀਆਂ ਬਣਾਵਾਂਗੇ, ਉਹਦੀ ਚਮਕ ਖਤਮ ਹੋ ਗਈ, ਕਿਉਂਕਿ ਇਹਨਾਂ ਨੇ ਕਰਨੇ ਕੱਖ ਨਹੀਂ, 4.5 ਨਹੀਂ ਕੀਤਾ, 4 ਮਹੀਨਿਆਂ 'ਚ ਕੀ ਕਰਦਾ ਲੱਗਿਆ? ਇਸ ਕਰਕੇ ਜੇ ਅਧਿਆਪਕ ਰੋਣ ਡੇ ਉਹ ਵੀ ਸੱਚੇ ਰੋਣ ਡੇ। ਆਪਣੇ ਜ਼ਿਲ੍ਹਿਆਂ ਦੇ ਵਿੱਚ ਰੋਜ਼ਗਾਰ ਦਫ਼ਤਰਾਂ ਦੇ ਵਿੱਚ ਤੰਦਰੁਸਤ ਨੌਕਰੀਆਂ ਦਿੱਤੀਆਂ ਜਾਂਦੀਆਂ, ਹੈਂਡੀਕੈਪਟ ਬੰਦੇ ਨੂੰ ਕਿਸੇ ਨੂੰ ਨੌਕਰੀ ਦਿੱਤੀ ਜਾਂਦੀ, ਜਦੋਂ ਉਹਨਾਂ ਨੂੰ ਤੰਦਰੁਸਤ ਬੰਦਾ ਮਿਲਦਾ ਪਰ ਹੈਂਡੀਕੈਪਟ ਨੂੰ ਕਿਉਂ ਰੱਖਣ? ਉਹ ਹਾਈ ਕੋਰਟ ਦੇ ਵਿੱਚ ਸਾਡੀਆਂ 3 ਪਟੀਸ਼ਨਾਂ, 19,500 ਬੰਦਾ ਇਹਨਾਂ ਨੇ ਰੱਖਿਆ ਸੀ, ਉਹਦੇ ਵਿੱਚੋਂ 350-400 ਬੰਦਾ ਸਾਡਾ ਬਣਦਾ ਸੀ, ਇਹਨਾਂ ਨੇ ਇੱਕ ਬੰਦਾ ਨਹੀਂ ਸਾਡਾ ਰੱਖਿਆ। ਉਹਦੀ ਅਸੀਂ ਇਨਕੁਆਇਰੀ ਕਰਾਈ ਸੀ, ਉਹ ਸਰਕਾਰ ਮੰਨੀ ਹੈ ਵੀ ਤੁਹਾਡਾ ਬੰਦਾ ਇੱਕ ਨਹੀਂ ਰੱਖਿਆ, ਉਹਦਾ ਕਰਕੇ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਹੈ, ਤੇ ਅਸੀਂ ਹੁਣ ਉਸੇ ਵਾਸਤੇ ਵੀ ਰੌਲਾ ਪੈਣਾ ਵੀ ਉਹ ਸਾਡਾ ਮਸਲਾ ਹੱਲ ਕਰੋ, 350-400 ਬੰਦਾ ਉਹ ਰੱਖਿਆ ਜਾਵੇ, ਤੇ ਜਿਹੜਾ ਇਹ ਸਥਾਨਕ ਸਰਕਾਰਾਂ ਵਾਲੇ 322 ਪੋਸਟਾਂ ਕੱਢੀਆਂ ਉਹਦੇ ਵਿੱਚੋਂ ਇਹਨਾਂ ਨੇ ਕੁਛ ਘੱਟ ਵੱਧ ਵੀ ਕੀਤੀ ਹੈ, ਤੇ ਉਹ 2019 'ਚ ਭਰਾਈਆਂ ਸੀ, ਤੇ ਉਹਨਾਂ ਨੂੰ ਖਿੱਚੀ ਤੁਰੇ ਜਾਂਦੇ ਆ, ਕਦੇ ਕੋਈ ਲਿਸਟ ਕੱਢ ਦਿੰਦੇ ਆ, ਕਦੇ ਕੋਈ ਲਿਸਟ ਕੱਢ ਦਿੰਦੇ ਆ, ਕਦੇ ਤਰੀਕ ਵਧਾ ਦਿੰਦੇ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਮਸਲਾ ਹੱਲ ਕਰਨ, ਜਿਹੜੇ ਬੰਦੇ ਸਾਡੇ ਵੇਟਿੰਗ ਲਿਸਟ 'ਚ ਪਏ ਆ ਉਹਨਾਂ ਨੂੰ ਜੋਬ ਕਾਰਡ ਦੇਣ। ਇਹ ਪੋਸਟਾਂ 2011 ਵਿੱਚ ਨਿਕਲੀਆਂ ਸੀ ਨਗਰ ਨਿਗਮ ਤੇ ਕਾਰਪੋਰੇਸ਼ਨ ਦੀਆਂ, ਉਸ ਟਾਈਮ ਸਾਡਾ 3% ਕੋਟਾ ਵੱਧ ਬਣਦਾ ਸੀ, ਉਸ ਤੋਂ ਬਾਅਦ ਵੱਧ ਕੇ 4% ਕੋਟਾ ਹੋ ਗਿਆ ਜੀ। 3% ਕੋਟੇ ਦੇ ਮੁਤਾਬਕ ਸਾਡੀਆਂ 270 ਪੋਸਟਾਂ ਬਣ ਗਈਆਂ ਸੀ। ਅਸੀਂ ਇਨਕੁਆਇਰੀ ਕਰਾਉਣ ਦੇ ਬਾਵਜੂਦ 30.5 ਬੰਦੇ ਹੈਂਡੀਕੈਪਟ ਰੱਖੇ ਗਏ ਭੈਣ ਭਰਾ, ਜੋ ਕਿ ਪੰਜਾਬ ਸਰਕਾਰ ਨੇ ਬਿਲਕੁਲ ਧੱਕਾ ਕੀਤਾ ਹੈ, ਤੇ ਉਸ ਤੋਂ ਬਾਅਦ 4% ਸਾਡਾ ਕੋਟਾ ਆ ਗਿਆ। ਹੁਣ ਦੇ ਮੁਤਾਬਕ 300 ਬੰਦਾ ਉਹ ਬਣਦਾ ਤੇ 350 ਮਗਰਲੀ ਪੋਸਟ ਆ ਜੀ, ਤੇ ਉਸ ਤੋਂ ਬਾਅਦ ਜਿਹੜੀਆਂ ਪੋਸਟਾਂ ਨਿਕਲੀਆਂ 22,000 ਪੋਸਟ ਸੀਗੀ, 2,000 ਇਹਨਾਂ 200 ਬੰਦਾ ਰੱਖਿਆ ਤੇ 20,000 ਪੋਸਟ ਖਾਲੀ ਪਈ ਹੈ। ਇਸ ਲਈ ਪੰਜਾਬ ਸਰਕਾਰ ਸਾਡੇ ਨਾਲ ਸਰ ਧੱਕਾ ਕਰ ਰਹੀ ਆ, ਜੋ ਕਿ ਆਪਦੇ ਬੰਦੇ
ਵਿੱਚ ਰੱਖ ਕੇ ਸਾਡੇ ਨਾਲ ਪੋਸਟਾਂ ਖਾਲੀ ਵੀ ਪਈਆਂ ਤੇ ਜਿਹੜੇ ਤਿੰਨ ਕੇਸ ਚੱਲਦੇ ਸਾਡੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੀ ਪੰਜਾਬ ਸਰਕਾਰ ਵਿਰੋਧਤਾ ਕਰ ਰਹੀ ਹੈ। ਇਸ ਲਈ ਇਹ ਜਿਹੜੀਆਂ ਜਾਲਮ ਸਰਕਾਰਾਂ ਦਾ ਇਸ ਲਈ ਸਾਨੂੰ ਮਜਬੂਰ ਹੋ ਕੇ ਸਾਨੂੰ ਇੱਥੇ ਪੰਜਾਬ ਪੱਧਰ 'ਤੇ ਅੰਗਹੀਣਾਂ ਵੱਲੋਂ ਧਰਨਾ ਲਾਉਣਾ ਪਿਆ। ਹਾਂਜੀ, ਉਹ ਸਾਨੂੰ ਇਸ ਲਈ ਸਾਨੂੰ ਇਨਸਾਫ ਦੇ ਰਹੀ ਹੈ ਅਤੇ ਇਸ ਲਈ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਆ ਉਹ ਇਸ ਲਈ ਵਿਰੋਧਤਾ ਕਰ ਰਹੇ। ਇਸ ਕੇ ਸਾਨੂੰ ਜਿਹੜੇ ਸਾਡੇ ਬਣਦੇ ਹੱਕ ਆ ਜੀ ਉਹ ਦਿੱਤੇ ਜਾਣ, ਪਰ ਇਹ ਸਾਨੂੰ ਲਾਰਿਆਂ ਦੇ ਬਾਵਜੂਦ ਸਾਨੂੰ ਇੱਕ ਲੱਕੜ ਦੇ ਮੁੰਡੇ ਦੇ ਰਹੇ ਆ। ਜਿਹੜੇ ਸਾਡੀਆਂ 20,000 ਪੋਸਟ ਪਈ ਹੈ ਭਰੀ ਜਾਵੇ ਅਤੇ ਸਾਡੇ CM ਸਾਹਿਬ ਨਾਲ ਮੀਟਿੰਗ ਕਰਾਈ ਜਾਵੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।